ਫੇਸਬੁੱਕ ਪੇਜ ਪੰਜਾਬ ਬੱਸ ਲਾਈਵ ਤੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਸੀਸੀਟੀ ਕੈਮਰੇ ਦੀਆਂ। ਆਹ ਦੇਖੋ ਇੱਕ ਭਰਿਆ ਹੋਇਆ ਟਰੱਕ ਕਾਰ ਦੇ ਉੱਪਰ ਪਲਟ ਗਿਆ ਹੈ ਤੇ ਇਹ ਬਾਹਰ ਦਾ ਕੀ ਆ ਇਹ ਵੀ ਤੁਹਾਨੂੰ ਦਿਖਾਵਾਂਗੇ। ਫਿਲਹਾਲ ਤੁਹਾਨੂੰ ਅਸੀਂ ਸੀਸੀਟੀ ਫੁਟੇਜ ਦਿਖਾ ਰਹੇ ਹਾਂ। ਇਹ ਰੋਪੜ ਚੰਡੀਗੜ੍ਹ ਰੋਡ ਹੈ NH21 JR ਥੀਏਟਰ ਦੇ ਬਿਲਕੁਲ ਸਾਹਮਣੇ ਦੀ ਘਟਨਾ ਹੈਗੀ ਆ ਜਿਹੜੀ ਤੁਸੀਂ ਲਾਈਵ ਦੇਖ ਰਹੇ ਹੋ ਫੇਸਬੁੱਕ ਪੇਜ ਪੰਜਾਬ ਬੱਸ ਤੇ। ਮੈਂ ਫਿਰ ਤੁਹਾਨੂੰ ਦੁਬਾਰਾ ਦਿਖਾਉਣ ਦੀ ਕੋਸ਼ਿਸ਼ ਕਰਦਾ। ਜੋ ਜਾਣਕਾਰੀ ਹੁਣ ਤੱਕ ਮਿਲੀ ਆ ਇਸ ਕਾਰ ਦੇ ਵਿੱਚ 3 ਸਵਾਰੀਆਂ ਮੌਜੂਦ ਸਨ। ਮੈਂ ਫਿਰ ਤੁਹਾਨੂੰ ਦੁਬਾਰਾ ਪਿੱਛੇ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਦਾ। ਤਸਵੀਰਾਂ ਰੋਪੜ ਤੋਂ ਦੇਖ ਰਹੇ ਹੋ ਤੁਸੀਂ ਫੇਸਬੁੱਕ ਪੇਜ ਪੰਜਾਬ ਬੱਸ ਲਾਈਵ ਤੇ। ਇੱਕ ਬਹੁਤ ਹੀ ਦੁਖਦਾਈ ਖਬਰ ਆ ਰੋਪੜ ਤੋਂ। ਇੱਕ ਟਿੱਪਰ ਇੱਕ ਕਾਰ ਦੇ ਉੱਪਰ ਜਾ ਪਲਟਿਆ। ਇਹ ਸੀਸੀਟੀ ਫੁਟੇਜ ਆ ਤੁਸੀਂ ਜਿਹੜੀ ਦੇਖ ਰਹੇ ਹੋ ਲਾਈਵ। ਆਹ ਦੇਖੋ ਟਰੱਕ ਆ ਰਿਹਾ ਮੁੜ ਰਿਹਾ ਔਰ ਕਾਰ ਵੀ ਇਧਰੋਂ ਮੁੜ ਰਹੀ ਆ ਔਰ ਉਸਦੇ ਉੱਪਰ ਪਲਟ ਗਿਆ। ਇਹ ਘਟਨਾ ਰੋਪੜ ਦੀ ਆ ਕੁਛ ਹੀ ਦੇਰ ਪਹਿਲਾਂ ਦੀ ਆ ਜਿਹੜੀਆਂ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਫੇਸਬੁੱਕ ਪੇਜ ਪੰਜਾਬ ਬੱਸ ਤੇ ਰੋਪੜ ਤੋਂ। ਆ ਦੇਖੋ ਟਰੱਕ ਆ ਰਿਹਾ ਇਹਨੇ ਵੀ ਰਾਈਟ ਟਰਨ ਕਰਨਾ ਔਰ ਕਾਰ ਵੀ ਰਾਈਟ ਟਰਨ ਕਰ ਗਈ ਆ। ਉਹ ਦੇਖੋ ਉਹ ਓਵਰ ਟਰਨ ਕਰ ਗਈ ਆ। ਆ ਦੇਖੋ ਕਈ ਲੋਕ ਭੱਜ ਕੇ ਗਏ ਆ ਉਹਨਾਂ ਦੀ ਸਹਾਇਤਾ ਕਰਨ ਵਾਸਤੇ। ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਫੇਸਬੁੱਕ ਪੇਜ ਪੰਜਾਬ ਬੱਸ ਤੋਂ ਰੋਪੜ ਤੋਂ। ਇਹ ਸੀਸੀਟੀਵੀ ਫੁਟੇਜ ਆ ਐਕਸੀਡੈਂਟ ਤੋਂ ਬਾਅਦ ਕੀ ਹਾਲਾਤ ਹੈ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਮੌਕੇ ਤੇ। ਜਿੰਨੇ ਵੀ ਆਲੇ ਦੁਆਲੇ ਵਾਲੇ ਦੁਕਾਨਦਾਰ ਜਾਂ ਰਾਹੀਗਰ ਨੇ ਤੁਸੀਂ ਦੇਖ ਰਹੇ ਹੋ ਸਾਰੇ ਮਦਦ ਲਈ ਪਹੁੰਚੇ ਨੇ ਔਰ ਜਿਹੜੇ ਕਾਰ ਦੇ ਨੀਚੇ ਦੱਬੇ ਹੋਏ ਨੇ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੇਕਿਨ ਇਹ ਸੀਸੀਟੀਵੀ ਫੁਟੇਜ ਦੀ ਤੁਹਾਨੂੰ ਦਿਖਾ ਰਹੇ ਹਾਂ। ਲੇਕਿਨ ਹੁਣ ਜੋ ਬਾਹਰ ਅਸਲੀ ਜਿਹੜਾ ਘਟਨਾ ਸਥਲ ਹੈ ਉਹ ਵੀ ਆਪਾਂ ਤੁਹਾਨੂੰ ਲਾਈਵ ਦਿਖਾਵਾਂਗੇ। ਮੇਰੇ ਨਾਲ ਇੱਥੇ ਇਸ ਦੁਕਾਨ ਦੇ ਮਾਲਕ ਮੌਜੂਦ ਨੇ। ਸੁਧੀਰ ਜੀ ਇਹ ਕਿੰਨੇ ਕੁ ਵਜੇ ਦੀ ਘਟਨਾ ਹੈਗੀ ਆ ਜਦੋਂ ਤੁਸੀਂ ਦੇਖੀ ਆ ਫੁਟੇਜ? 12:08 ਅੱਛਾ ਜੀ 12:08 ਦੇ ਕਰੀਬ। ਤੇ ਕੁਛ ਪਤਾ ਲੱਗਿਆ ਇਹਦੇ ਚ ਕਿੰਨੇ ਕੁ ਲੋਕ ਸੀਗੇ ਕੌਣ ਸੀ ਕਿਆ ਸੀ? ਨਹੀਂ ਬਸ 3 ਬੰਦੇ ਪਤਾ ਲੱਗੇ 3 ਹੈਗੇ 2 ਲੇਡੀਜ਼ ਸੀ ਡਰਾਈਵਰ ਸੀ। ਅੱਛਾ ਜੀ ਤੇ ਟਰੱਕ ਵਾਲਾ? ਟਰੱਕ ਵਾਲਾ ਡਰਾਈਵਰ ਤੇ ਬਾਅਦ ਚ ਹੀ ਕੱਢਿਆ ਐਕਸੀਡੈਂਟ ਹੋਣ ਤੋਂ ਬਾਅਦ ਹੀ ਕੱਢਿਆ। ਅੱਛਾ ਜਦੋਂ ਤੁਸੀਂ ਮੌਕੇ ਤੇ ਦੇਖਿਆ ਤਾਂ ਕਿੰਨੇ ਕੁ ਲੋਕ ਘਾਇਲ ਸੀਗੇ ਉਹ ਕਿੰਨੇ ਕੁ ਹਾਲਾਤ ਉਹਨਾਂ ਦੇ ਕਿੱਦਾਂ ਦੇ ਸੀਗੇ? ਘਾਇਲ ਤੇ ਕਾਰ ਨੀਚੇ ਦਬੀ ਵੀ ਸੀ ਪਤਾ ਹੀ ਲੱਗਦਾ ਹੀ ਨਹੀਂ ਸੀ ਕੱਖ ਉੱਥੇ ਪਬਲਿਕ ਬਹੁਤ ਇਕੱਠੀ ਹੋਈ ਸੀ। ਅੱਛਾ ਜੀ ਠੀਕ ਹੈ ਜੀ ਧੰਨਵਾਦ।